ਕਿੰਨੀ ਦੇਰ ਹੋ ਗਈ ਤੁਹਾਡੇ ਆਪਰੇਸ਼ਨ ਨੂੰ? ਮੇਰੇ ਆਪਰੇਸ਼ਨ ਨੂੰ ਹੋ ਗਿਆ ਜੀ 10 ਜੂਨ ਨੂੰ ਹੋਇਆ ਸੀ, 2.5 ਮਹੀਨੇ ਹੋ ਗਏ ਜੀ। 2.5 ਮਹੀਨੇ ਹੋ ਗਏ, ਅੱਛਾ। ਤੇ ਕਿੰਨਾ ਭਾਰ ਘਟ ਗਿਆ ਤੁਹਾਡਾ? ਮੇਰਾ 30 ਕਿਲੋ ਘਟ ਗਿਆ ਜੀ। ਅੱਛਾ, ਪਹਿਲਾਂ ਕਿੰਨਾ ਸੀ? ਪਹਿਲਾਂ 160 ਕਿਲੋ ਸੀ ਜੀ, ਹੁਣ 129,400 ਹੈ। ਅੱਛਾ, 129.4। ਤੇ ਰੋਟੀ ਕਿੰਨੀ ਖਾਂਦੇ ਹੋ ਤੁਸੀਂ? ਰੋਟੀ ਮੈਂ ਇੱਕ ਫੁਲਕਾ ਖਾਂਦਾ ਜੀ, ਇੱਕ ਫੁਲਕਾ ਨਾਲ ਇੱਕ ਕਟੋਰੀ ਸਬਜ਼ੀ ਦੀ। ਉਹਦੇ ਨਾਲ ਪੇਟ ਭਰ ਜਾਂਦਾ? ਭਰ ਜਾਂਦਾ ਜੀ, ਬਿਲਕੁਲ। ਤੇ ਸ਼ੂਗਰ ਬਾਰੇ ਦੱਸੋ, ਸ਼ੂਗਰ ਕਿਸ ਤਰ੍ਹਾਂ ਦੀ ਤੁਹਾਡੀ? ਸ਼ੂਗਰ ਬਿਲਕੁਲ ਨੋਰਮਲ ਹੈ ਜੀ, ਮੈਂ ਤਾਂ ਆਪਰੇਸ਼ਨ ਤੋਂ ਬਾਅਦ ਕਦੇ ਦਵਾਈ ਵੀ ਨਹੀਂ ਲਈ, ਇੱਕ ਵਾਰੀ ਗੋਲੀ ਨਹੀਂ ਖਾਧੀ ਸ਼ੂਗਰ ਦੀ। ਅੱਛਾ, ਕੋਈ ਗੋਲੀ ਦੀ ਵੀ ਲੋੜ ਨਹੀਂ? ਨਾ, ਠੀਕ ਹੈ ਜੀ। ਬੜੇ ਵਾਰੀ ਬਸ। ਅੱਛਾ, ਮੈਂ ਫਿਰ ਮੈਂ ਤਾਂ ਰੋਜ਼ ਰੋਜ਼ ਕੀ ਟੈਸਟ ਕਰਨੀ, ਮੈਂ ਗਾਹੇ ਵਗਾਹੇ ਕਰਾਉਂਦਾ ਰਹਿੰਦਾ ਜਦੋਂ ਵੀ ਕਿਉਂ। ਜਦੋਂ ਵੀ ਟੈਸਟ ਕਰਾਉਂਦੇ ਸ਼ੂਗਰ ਨਾ ਹੋ? ਬਲੱਡ ਪ੍ਰੈਸ਼ਰ ਵੀ ਬਿਲਕੁਲ ਠੀਕ ਹੋ ਗਿਆ ਜੀ। ਅੱਛਾ ਅੱਛਾ, ਕੋਈ ਪਹਿਲਾਂ ਸਾਹ ਵਗੈਰਾ ਵੀ ਚੜ੍ਹਦਾ ਸੀ? ਸਾਹ ਬਹੁਤ ਚੜ੍ਹਦਾ ਸੀ, ਮੈਂ ਤਾਂ ਜਦੋਂ ਨਹਾਉਂਦਾ ਸੀ, ਇਸ਼ਨਾਨ ਕਰਦਾ ਸੀ, ਉਦੋਂ ਵੀ ਸਾਹ ਚੜ੍ਹ ਜਾਂਦਾ ਸੀ, ਥੋੜ੍ਹਾ ਪੈਦਲ ਚੱਲਦਾ ਸੀ, ਪੌੜੀਆਂ ਚੜ੍ਹਦਾ ਸੀ, ਸਾਹ ਚੜ੍ਹ ਜਾਂਦਾ ਸੀ। ਅੱਛਾ, ਹੁਣ ਕਿਵੇਂ? ਹੁਣ ਬਿਲਕੁਲ ਠੀਕ ਹੈ ਜੀ, ਸਾਹ ਨਹੀਂ ਚੜ੍ਹਦਾ, ਕੋਈ ਪ੍ਰੋਬਲਮ ਨਹੀਂ ਕਿਸੇ ਕਿਸੇ।